ਸ੍ਰੀਕਾਲ ਦੋਸਤੋ, ਮੈਂ ਸੁਖਵੀਰ ਸਿੰਘ, ਪਿੰਡ ਰੱਖੜਾ, ਜ਼ਿਲ੍ਹਾ ਪਟਿਆਲਾ ਤੋਂ। ਅਸੀਂ ਤਕਰੀਬਨ 4 ਸਾਲ ਪਹਿਲਾਂ ਪਿੱਗਰੀ ਅਤੇ ਪੋਲਟਰੀ ਦਾ ਫਾਰਮ ਸ਼ੁਰੂ ਕੀਤਾ ਸੀਗਾ ਅਤੇ ਹੌਲੀ ਹੌਲੀ ਸਭ ਕੁਛ ਠੀਕ ਹੁੰਦਾ ਗਿਆ ਅਤੇ ਸਾਨੂੰ ਇੱਕ ਬਾਅਦ 'ਚ ਜ਼ਰੂਰਤ ਪਈ ਮਾਰਕੀਟਿੰਗ ਦੀ ਅਤੇ ਮਾਰਕੀਟਿੰਗ ਦੇ ਤੌਰ 'ਤੇ ਅਸੀਂ ਆਪਣੇ ਫਾਰਮ ਦੇ ਬਾਹਰ ਇੱਕ ਆਊਟਲੈਟ ਬਣਾਇਆ ਹੈਗਾ ਅਤੇ ਉਹਦੇ ਵਿੱਚ ਅਸੀਂ ਹੌਲੀ ਹੌਲੀ ਪ੍ਰੋਸੈਸਿੰਗ ਵਾਲੇ ਪਾਸੇ ਨੂੰ ਆ ਗਏ। ਪੋਲਟਰੀ ਫਾਰਮ ਤੋਂ ਅਸੀਂ ਐਕਸ ਦੀ ਬਾਹਰਲੇ ਪਾਸੇ ਆਊਟਲੈਟ ਕੀਤਾ, ਐਕਸ ਕਰ ਰਹੇ ਹਾਂ, ਦੇਸੀ ਐਕਸ ਨੇ ਸਾਡੇ ਕੋਲ ਪਿਓਰ। ਅਤੇ ਉਹਦੇ ਨਾਲ ਨਾਲ ਹੀ ਅਸੀਂ ਇੱਕ ਅਮਰੂਦਾਂ ਦਾ ਬਾਗ ਲਾਇਆ ਛੋਟਾ ਜਿਹਾ, ਸਟਾਰਟਿੰਗ ਕੀਤੀ 100 ਪੇਡਾਂ ਤੋਂ ਅਤੇ ਅਮਰੂਦ ਵੀ ਅਸੀਂ ਕਰ ਰਹੇ ਹਾਂ ਹੌਲੀ ਹੌਲੀ, ਇਹਨੂੰ ਪ੍ਰੋਸੈਸਿੰਗ ਲਾਈਨ 'ਚ ਲੈ ਕੇ ਜਾਵਾਂਗੇ ਅਸੀਂ। ਫਿਲਹਾਲ ਤਾਂ ਅਸੀਂ ਅਜੇ ਹੀ ਵੇਚ ਰਹੇ ਹਾਂ ਅਤੇ ਉਸ ਤੋਂ ਬਾਅਦ ਪੋਲਟਰੀ ਦੇ ਨਾਲ ਹੀ ਅਸੀਂ ਅਚਾਰ ਤਿਆਰ ਕੀਤਾ ਆਪਣਾ, ਪਿੱਕਲਾ ਜੀ ਅਚਾਰ ਦਾ ਮੁਰਗੇ ਦਾ ਅਚਾਰ, ਇਹ ਤਿਆਰ ਕਰਕੇ ਨਾਲ ਹੀ ਅਸੀਂ ਇਹਦੇ ਵਿੱਚ ਸ਼ਹਿਦ ਦੀ ਐਡੀਸ਼ਨ ਕੀਤੀ। ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਪਰਵਿੰਦਰ ਜੀ ਨੇ ਕੇ ਵੀ ਕੇ ਰੌਣੀ ਪਟਿਆਲਾ ਤੋਂ, ਉਹਨਾਂ ਦੀ ਯੋਗ ਅਗਵਾਈ ਹੇਠ ਅਸੀਂ ਹੌਲੀ ਹੌਲੀ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਪ੍ਰੋਸੈਸਿੰਗ ਦੇ ਵਿੱਚ ਅਤੇ ਇਸੇ ਤਰ੍ਹਾਂ ਹੀ ਅਸੀਂ ਆਪਣੇ ਸੁਪਨੇ ਹੌਲੀ ਹੌਲੀ ਸਾਕਾਰ ਕਰਾਂਗੇ। ਮੇਰਾ ਨੰਬਰ ਹੈ ਜੀ 9497861209, 9478612009। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਮੈਨੂੰ ਪੁੱਛਣੀ ਹੈ ਜਾਂ ਕਿਸੇ ਕਿਸਮ ਦੀ ਹੈਲਪ ਲੈਣੀ ਹੈ ਤਾਂ ਮੈਂ ਹਰ ਵੇਲੇ ਕਿਸਾਨ ਭਰਾਵਾਂ ਦੀ ਹਾਜ਼ਰ ਹਾਂ। ਧੰਨਵਾਦ।